ਸੁਰਿੰਦਰ ਸਿੰਘ ਜੀ, ਮੈਂ ਸੰਦੀਪ ਸਿੰਘ ਮੇਰਾ ਮਾਮਾ ਹੈ, ਉਹ ਜ਼ਿਲ੍ਹਾ ਕਪੂਰਥਲਾ ਪਿੰਡ ਖੰਗੂੜਾ ਦੇ ਰਹਿਣ ਵਾਲੇ ਆ, ਅਤੇ ਉਹ 2007 ਦੇ ਵਿੱਚ ਦੁਬਈ ਦੇ ਵਿੱਚ ਗਏ ਸੀ। ਉਹਨਾਂ ਦੇ ਉੱਥੇ ਮਰਡਰ ਕੇਸ ਪੈ ਗਿਆ ਸੀ 2007 ਦੇ ਵਿੱਚ, ਜਿੱਥੇ ਉਹਨਾਂ ਦੀ ਮਦਦ SP ਓਬਰਾਏ ਸਰ ਨੇ ਕੀਤੀ, ਜਿਨ੍ਹਾਂ 'ਤੇ ਸਾਨੂੰ ਬਹੁਤ ਬਹੁਤ ਆਸ ਸੀ। ਸਾਰਾ ਕੁਛ ਜੋ ਵੀ ਕੀਤਾ SP ਓਬਰਾਏ ਸਰ ਨੇ ਕੀਤਾ। ਸਜ਼ਾ ਤਾਂ ਸਾਨੂੰ ਪਹਿਲਾ ਫੋਨ ਆਇਆ ਸੀ 2007 ਦੇ ਵਿੱਚ, ਜਦੋਂ ਫਸੇ ਆ ਉਦੋਂ ਫਾਂਸੀ ਦੀ ਸਜ਼ਾ ਹੋ ਗਈ ਸੀ। ਅਤੇ ਫਿਰ ਦੁਬਾਰਾ 'ਚ 2 ਸਾਲ ਬਾਅਦ SP ਓਬਰਾਏ ਸਰ ਦੇ ਨਿਗਾਹ ਦੇ ਵਿੱਚ ਕੇਸ ਆਇਆ, ਅਤੇ ਇਹਨਾਂ ਨੇ ਦੱਸਿਆ ਵੀ ਇਹ ਆਪਣੇ ਪੰਜਾਬ ਦਾ ਹੀ ਸੀ ਮੁੰਡਾ ਜਿਹੜਾ ਮਰਿਆ ਸੀ, ਵੀ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਅਤੇ ਜੋ ਵੀ ਸਾਰੀ ਗੱਲਬਾਤ SP ਓਬਰਾਏ ਸਰ ਨੇ ਕੀਤੀ ਸੀ ਅਤੇ ਬਲੱਡ ਮਨੀ ਦਿੱਤੀ ਸਾਰੀ, ਇਹ 11 ਸਾਲ ਚੱਲਿਆ ਜੀ, 11 ਸਾਲ ਕੇਸ ਚੱਲਿਆ। ਹੁਣ ਉਹਦੇ ਪੇਪਰ ਪੂਪਰ ਸਾਰੇ ਜਦੋਂ ਪੇਪਰ ਵਰਕ ਹੋਇਆ ਅਤੇ ਹੁਣ ਉਹਨੂੰ ਛੱਡਿਆ। ਮੇਰਾ ਨਾਮ ਸੁਖਜਿੰਦਰ ਸਿੰਘ ਹੇਰ ਆ ਜੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਮੈਂ ਜ਼ਿਲ੍ਹੇ ਦੇ ਉੱਤੋਂ ਮਤਲਬ ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ ਸੇਵਾ ਨੂੰ ਦੇ ਰਿਹਾ ਵਾਂ। ਇਹਦਾ ਮੁੰਡਾ ਸੰਦੀਪ ਸਿੰਘ ਆ ਰਿਹਾ ਵਾ, ਇਹ 2006 ਦੇ ਵਿੱਚ ਦੁਬਈ ਗਿਆ ਸੀਗਾ ਜੀ, ਇੱਥੇ 2007 ਦੇ ਵਿੱਚ ਇੱਕ ਮਰਡਰ ਕੇਸ ਪੈ ਗਿਆ ਮਨਦੀਪ ਸਿੰਘ ਦੇ ਨਾਂ ਦਾ ਬੱਚਾ ਸੀਗਾ ਜਿਹੜਾ ਆਪਣਾ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਸੀਗਾ। ਉਸ ਤੋਂ ਬਾਅਦ ਸੰਦੀਪ ਸਿੰਘ ਦੇ ਉੱਤੇ ਮਰਡਰ ਕੇਸ ਹੋ ਗਿਆ। ਮਰਡਰ ਕੇਸ ਤੋਂ ਬਾਅਦ ਦੇ ਵਿੱਚ ਉਹਨੂੰ ਲੋਅਰ ਕੋਰਟ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀਗੀ ਜੀ, ਫਾਂਸੀ ਸਜ਼ਾ ਜਿਹੜੀ ਆ ਉਹਦੀ ਬਾਅਦ 'ਚ ਅਪੀਲ ਕੀਤੀ ਗਈ ਅਤੇ ਹਾਈ ਕੋਰਟ ਨੇ ਉਹਦੀ ਜਿਹੜੀ ਸਜ਼ਾ ਵਾ ਉਹਨੂੰ ਫਾਂਸੀ ਤੋਂ ਤਬਦੀਲ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜੀ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ, ਸੁਪਰੀਮ ਕੋਰਟ ਨੇ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਆ ਦੁਬਾਰਾ ਤੋਂ ਬਹਾਲ ਕਰ ਦਿੱਤੀ। ਲਗਭਗ ਸਾਡੇ ਸੰਪਰਕ ਦੇ ਵਿੱਚ 2010 'ਚ ਆਇਆ ਸੀ ਇਹ ਕੇਸ ਜੀ, ਓਬਰਾਏ ਸਾਹਿਬ ਨੇ ਜੱਦੋਜਹਿਦ ਕਰਕੇ ਅਤੇ ਇਹ ਪਰਿਵਾਰ ਨੂੰ ਲੱਭਿਆ ਜਿਨ੍ਹਾਂ ਦਾ ਬੱਚਾ ਮਰਿਆ ਸੀਗਾ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ, ਜਿਹੜਾ ਮਨਦੀਪ ਸਿੰਘ ਸੀਗਾ, ਉਹ ਫੈਮਿਲੀ ਨਾਲ ਸੰਪਰਕ ਕਰਕੇ ਫਿਰ ਉਹਨਾਂ ਨੂੰ ਰਾਜ਼ੀ ਕੀਤਾ ਬਲੱਡ ਮਨੀ ਦੇ ਕੇ, ਜੋ ਉੱਥੋਂ ਦਾ ਕਾਨੂੰਨ ਹੈ ਜੇ ਬਲੱਡ ਮਨੀ ਦੇ ਕੇ ਫੈਮਿਲੀ ਮਾਫ਼ ਕਰਦੇ ਅਤੇ ਕਾਨੂੰਨ ਮਾਫ਼ ਕਰ ਦਿੰਦਾ ਵਾ। ਉਹ ਮਾਫ਼ੀ ਮਿਲਣ ਤੋਂ ਬਾਅਦ ਦੇ ਵਿੱਚ ਇਹ ਲਗਭਗ 11 ਸਾਲ ਬਾਅਦ ਆਪਣੇ ਪਰਿਵਾਰ ਦੇ ਵਿੱਚ ਸੰਦੀਪ ਸਿੰਘ ਜਿਹੜਾ ਉਹ ਆ ਰਿਹਾ ਜੀ। ਮੇਰਾ ਨਾਮ ਸੰਦੀਪ ਸਿੰਘ ਆ, ਹਾਂਜੀ, ਮੈਂ ਕਤਲ ਕੇਸ 'ਚ ਫਸ ਗਿਆ ਸੀਗਾ, ਮੈਨੂੰ SP ਸਿੰਘ ਓਬਰਾਏ ਸਾਹਿਬ ਨੇ ਮੈਨੂੰ ਛੁਡਾ ਕੇ ਲਿਆਂਦਾ, 11 ਸਾਲ ਬਾਅਦ ਮੈਂ ਆਇਆ, ਮੇਰੇ ਲਈ ਰੱਬ ਸਾਰਾ ਕੁਛ। ਮੈਂ ਬਸ ਓਬਰਾਏ ਸਾਹਿਬ ਦਾ ਧੰਨਵਾਦ ਕਰਦੇ ਜੀ, ਮੈਂ ਹੋਰ ਕੁਛ ਨਹੀਂ ਜੀ, ਬਸ ਉਹੀ ਆ ਸਾਡੇ ਲਈ ਸਾਰਾ ਕੁਛ ਮੇਰੇ ਲਈ। ਨਹੀਂ ਜੀ ਉਹ ਬਸ ਨਜਾਇਜ਼, ਬਸ ਇੱਦਾਂ ਹੀ ਮੁੰਡਿਆਂ ਨੇ ਚੁੱਕ ਕੇ ਮੈਨੂੰ ਫਸਾ ਦਿੱਤਾ ਜੀ, ਬਸ ਨਜਾਇਜ਼ ਹੋ ਗਈ ਮੇਰੇ ਨਾਲ ਜੀ, 11 ਸਾਲ ਬਾਅਦ ਮੈਂ ਆਇਆ, ਬਸ ਓਕੇ।